ਸ਼ਤਸ਼੍ਰੀ ਅਕਾਲ ਦੋਸਤੋ ਇੱਕ ਵਾਰ ਤੋਂ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਦਿਨ ਭਰਦੀਆਂ ਤਾਜ਼ਾ ਖਬਰਾਂ ਤੇ ਮੈਂ ਹਾਂ ਬਲਵਿੰਦਰ ਬਾਬਾ ਤੇ ਲੈ ਕੇ ਹਾਜ਼ਰ ਹੋਇਆ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਦੇ ਦਿਨ ਭਰਦੀਆਂ ਤਾਜ਼ਾ ਖਬਰਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰੋ ਕਿਉਂਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਫ੍ਰੀ ਹੈ ਪਰ ਸਾਨੂੰ ਇਸ ਨਾਲ ਮੋਟੀਵੇਸ਼ਨ ਮਿਲੇਗਾ ਤੇ ਅਸੀਂ ਹਰ ਰੋਜ਼ ਦੀ ਤਰ੍ਹਾਂ ਇਸੇ ਤਰ੍ਹਾਂ ਪੰਜਾਬ ਦੀਆਂ ਜਈਆਂ ਹੋਰ ਵੱਡੀਆਂ ਤਾਜ਼ਾ ਖਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਿਵਾਂਗੇ ਤਾਂ ਸ਼ੁਰੂਆਤ ਕਰ ਲੈਣਾ ਜੀ ਪੰਜਾਬ ਦੀ ਸਭ ਤੋਂ ਪਹਿਲੀ ਅਤੇ ਵੱ DRDO ਬੱਚੇ 10ਵੀਂ ਤੋਂ ਗ੍ਰੈਜੂਏਟ ਉਮੀਦਵਾਰਾਂ ਲਈ ਨਿਕਲੀ ਬੰਪਰ ਭਰਤੀ 23 ਸਤੰਬਰ ਤੱਕ ਕਰੋ ਅਪਲਾਈ ਹਾਂਜੀ ਦੋਸਤੋ ਸਰਕਾਰੀ ਨੌਕਰੀ ਕਰਨ ਦੇ ਚਾਹਵਨ ਲੋਕਾਂ ਵਾਸਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਦੇ ਸੀਨੀਅਰ ਤਕਨੀਕੀ ਸਹਾਇਕ ਬੀਏ ਤੇਸ ਤਕਨੀਕੀ ਏ ਦੀਆਂ 1901 ਅਸਾਮੀਆਂ ਲਈ ਭਰਤੀ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ 10ਵੀਂ ਤੋਂ ਗ੍ਰੈਜੂਏਟ ਉਮੀਦਵਾਰ DRDO ਦੀ ਅਧਿਕਾਰਤ ਵੈਬਸਾਈਟ ਤੇ ਜਾ ਕੇ 23 ਸਤੰਬਰ ਤੱਕ ਅਪਲਾਈ ਕਰ ਸਕਦੇ ਨੇ ਇਸ ਭਰਤੀ ਵਿੱਚ ਸੀਨੀਅਰ ਤਕਨੀਕੀ ਸਹਾਇਕ B 1075 ਸਮੇਤ ਟੈਕਨੀਸ਼ੀਅਨ A 822 ਸਾਮੀਆਂ ਖਾਲੀ ਨੇ। ਅਗਲੀ ਖਬਰ ਔਰਤਾਂ ਨੂੰ ਵਿਤੀ ਸਹਾਇਤਾ ਬਾਰੇ ਸੀਐਮ ਭਗਵੰਤ ਮਾਨ ਦਾ ਵੱਡਾ ਦਾਅਵਾ ਪੂਰੀ ਹੋਵਗੀ ਸਭ ਤੋਂ ਵੱਡੀ ਚੋਣ ਗਰੰਟੀ। ਹਾਂਜੀ ਦੋਸਤੋ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਵੇਤ ਸਹਾਇਤਾ ਦੇਣ ਦਾ ਮੁੱਦਾ ਭਗਵੰਤ ਮਾਨ ਸਰਕਾਰ ਲਈ ਵੱਡੀ ਚੁਣੌਤੀ ਬਣ ਗਿਆ ਹੈ। ਬੇਸ਼ੱਕ ਬਜਟ ਵਿੱਚ ਪੰਜਾਬ ਸਰਕਾਰ ਨੇ ਸਾਰੇ ਵਰਗਾਂ ਨੂੰ ਕੋਸ਼ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਵਿਰੋਧੀ ਧਿਰਾਂ ਨੇ ਔਰਤਾਂ ਨੂੰ 1000 ਰੁਪਏ ਪ੍ਰਤੀ ਮੀਨਾਤ ਬੇਤਾ ਸਾ ਹਿੱਤਾ ਦੇ ਨਾ ਦੇਂ ਦਾ ਵੱਡਾ ਮੁੱਦਾ ਬਣਾਇਆ ਹੈ ਨਾਲ ਹੀ ਸੋਸ਼ਲ ਮੀਡੀਆ ਉੱਪਰ ਵੀ ਸਰਗਿਸ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਹੋ ਰਹੀ ਹੈ ਇਸ ਨੂੰ ਵੱਡਾ ਮੁੱਦਾ ਬਣਦਾ ਵੇਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਭ ਤੋਂ ਵੱਡੀ ਚੋਣ ਗਰੰਟੀ ਨੂੰ ਪੂਰਾ ਕਰਨ ਦਾ ਪ੍ਰੋਸਾ ਦਿੱਤਾ ਹੈ ਉਹਨਾਂ ਨੇ ਐਲਾਨ ਕੀਤਾ ਕਿ ਜਲਦ ਹੀ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੀ ਵਿਤੀ ਮਦਦ ਦੇਣੀ ਸ਼ੁਰੂ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਸਰੋਤ ਜਟਾਉਣ ਦੀ ਕਵਾਇਦ ਸ਼ੁਰੂ ਕਰਤੀ ਹੈ ਤੇ ਇਹ ਵਸੀਲੇ ਜਟਾਉਣ ਮਗਰੋਂ ਜਲਦ ਹੀ ਇਸ ਗਰੰਟੀ ਨੂੰ ਪੂਰਾ ਕੀਤਾ ਜਾਵੇਗਾ ਅਗਲੀ ਖਬਰਾਂ ਪੰਜਾਬ ਬੋਰਡ ਦੇ 10ਵੇਂ ਤੇ 12ਵੇਂ ਜਮਾਤ ਦੇ ਵਿਦਿਆਰਥੀਆਂ ਵਾਸਤੇ ਜ਼ਰੂਰੀ ਖਬਰ हांजी दोस्तों पंजाब स्कूल शिक्षा बोर्ड ਵੱਲੋਂ ਕਾਦਮਿਕ ਸਾਲ 2022-23 ਤੋਂ ਓਪਨ ਸਕੂਲ ਪ੍ਰਣਾਲੀ ਅਧੀਨ 10ਵੀਂ ਤੇ 12ਵੀਂ ਸ਼੍ਰੇਣੀਆਂ ਦੇ ਕੋਰਸਾਂ ਵਿੱਚ ਕੁਝ ਨਵੇਂ ਵਿਸ਼ੇ ਦਰਜ ਅਤੇ ਲਾਗੂ ਕੀਤੇ ਗਏ ਹਨ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਾਦਮਿਕ ਸ਼ਾਖਾ ਵੱਲੋਂ ਮੀਡੀਅਮ ਦਿੱਤੀ ਜਾਣਕਾਰੀ ਅਨੁਸਾਰ ਕਾਦਮਿਕ ਸਾਲ 2022-23 ਤੋਂ ਓਪਨ ਸਕੂਲ ਪ੍ਰਣਾਲੀ ਅਧੀਨ 10ਵੀਂ ਦੇ 12ਵੀਂ ਸ਼੍ਰੇਣੀਆਂ ਵਾਸਤੇ ਨਿਰਧਾਰਿਤ ਕੋਰਸਾਂ ਵਿੱਚ 10ਵੀਂ ਸ਼੍ਰੇਣੀ ਦੇ ਵਿਦਿਆਰਥੀ ਫ੍ਰੈਂਚ ਜਰਮਨ ਅਤੇ ਨਾਲ-ਨਾਲ ਉਰਦੂ ਵਿਸ਼ੇ ਦੀ ਚੋਣ ਵੀ ਕਰ ਸਕਦੇ ਨੇ ਇਸ ਦੇ ਨਾਲ ਹੀ ਦੋਸਤੋ 12ਵੀਂ ਸ਼੍ਰੇਣੀ ਦੇ ਵਿਦਿਆਰਥੀ ਅੰਗਰੇਜ਼ੀ ਉਰਦੂ ਸੰਸਕ੍ਰਿਤ ਫ੍ਰੈਂਚ ਜਰਮਨ ਪਬਲਿਕ ਐਡਮਿਨਿਸਟ੍ਰੇਸ਼ਨ ਫਿਲਾਸਫੀ ਸਾਈਕੋਲੋਜੀ ਦੇ ਡਿਫੈਂਸ ਸਟਡੀ ਵਿਸ਼ੇ ਵਿੱਚੋਂ ਵੀ ਚੋਣ ਕਰ ਸਕਦੇ ਨੇ ਅਗਲੀ ਖਬਰ 26 ਸਤੰਬਰ ਦਿਨ ਸੋਮਵਾਰ ਸਾਰੇ ਹੀ ਸਕੂਲਾਂ ਤੇ ਕਾਲਜਾਂ ਨੂੰ ਲੋਕਲ ਛੁੱਟੀ ਦਾ ਐਲਾਨ ਹੁਣੇ-ਹੁਣੇ ਆਈ ਵੱਡੀ ਖਬਰ ਤਾਂ ਹਾਂਜੀ ਦੋਸਤੋ ਤੁਸੀਂ ਵੀ ਦੋਸਤੋ YouTube ਉਤੇ ਬਹੁਤ ਸਾਰੀਆਂ ਜਿਹੀਆਂ ਵੀਡੀਓ ਵੇਖੀ ਹੋਣਗੀਆਂ ਜਿਸ ਵਿੱਚ ਤੁਹਾਨੂੰ ਇਹ ਦੱਸਿਆ ਗਿਆਗਾ ਕਿ 26 ਸਤੰਬਰ ਨੂੰ ਪੰਜਾਬ ਸਰਕਾਰ ਦੇ ਵੱਲੋਂ ਗਜ਼ਟਿਡ ਛੁੱਟੀ ਐਲਾਨਿਆ ਗਿਆਗਾ ਕਿਉਂਕਿ ਦੋਸਤੋ ਮਹਾਰਾਜਾ ਅਗਰਸੈਨ ਜਯੰਤੀ ਨੂੰ ਮੁੱਖ ਰੱਖਦੇ ਹੋਏ ਛੁੱਟੀ ਦਾ ਐਲਾਨ ਕੀਤਾ ਗਿਆਗਾ ਤਾਂ ਦੋਸਤੋ ਇਹਦੀ ਖਬਰ ਆ ਗਈ ਇਸ ਬਾਰੇ ਆਪਾਂ ਚਰਚਾ ਕਰਨੀ ਕਿ ਦੋਸਤੋ ਇਹ ਖਬਰ ਝੂਠੀ ਆ ਜਾਂ ਫਿਰ ਸੱਚੀ ਆ ਤਾਂ ਦੋਸਤੋ ਜੇਕਰ ਆਪਾਂ ਗੱਲ ਕਰੀਏ ਛੁੱਟੀ ਬਾਰੇ ਤਾਂ ਦੋਸਤੋ ਹਜ ਤੱਕ ਪੰਜਾਬ ਸਰਕਾਰ ਦੇ ਵੱਲੋਂ ਕੋਈ ਵੀ ਅਜਿਹਾ ਦਾ ਅਫੀਸ਼ੀਅਲ ਨੋਟਿਸ ਆਊਟ ਨਹੀਂ ਕੀਤਾ ਗਿਆ ਕਿ 26 ਸਤੰਬਰ ਨੂੰ ਜਿਹੜੀ ਛੁੱਟੀ ਹੋਣੀ ਹੈ ਮਹਾਰਾਜ ਅਗਰਸੈਨ ਦੀ ਜਯੰਤੀ ਦੇ ਮੌਕੇ ਉਹ ਹੋਵੇਗੀ ਤਾਂ ਦੋਸਤੋ ਤੁਸੀਂ ਦੇਖ ਜੀ ਤੁਹਾਡੇ ਕੀ ਛੋਟੀ ਜੀ ਪੀਲੇ ਕਿ ਤੁਸੀਂ ਵੀ ਦੋਸਤੋ ਜਈਆਂ ਅਫਵਾਹਾਂ ਦੇ ਮਗਰ ਨਿਕਾ ਜੀ ਨਹੀਂ ਲੱਗਣਾਗਾ ਜਿਹੜੀਆਂ ਦੋਸਤੋ ਬਿਲਕੁਲ ਹੀ ਝੂਠੀਆਂ ਤੇ ਬਿਲਕੁਲ ਹੀ ਫੇਕ ਹੁੰਦੀ ਹੈ ਨਗੀਏ ਦੋਸਤੋ ਬਾਈ ਚਾਂਸ ਜੇਕਰ ਦੋਸਤੋ 26 ਸਤੰਬਰ ਦੀ ਲੋਕਲ ਛੁੱਟੀ ਹੁੰਦੀ ਵੀ ਹੈ ਪੰਜਾਬ ਦੇ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਕਾਲਜ ਨੂੰ ਤਾਂ ਦੋਸਤੋ ਤੁਹਾਨੂੰ ਤੁਹਾਡੇ ਸਕੂਲ ਦੇ ਵਿੱਚ ਹੀ ਤੁਹਾਡੇ ਕਾਲਜ ਦੇ ਵਿੱਚ ਹੀ ਤੁਹਾਡੇ ਟੀਚਰ ਸਾਹਿਬਾਨ ਦੇ ਵੱਲੋਂ ਇਸ ਚੀਜ਼ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਦਿੱਤੀ ਜਾਵੇਗੀ ਐਂਡ ਦੋਸਤੋ ਮੇਰੇ ਵੱਲੋਂ ਵੀ ਜੇਕਰ ਦੋਸਤੋ ਸਰਕਾਰ ਦੇ ਵੱਲੋਂ ਕੋਈ ਵੀ ਠੀਕਾ ਜੀ ਨਵਾਂ ਨੋਟਿਸ ਜਾਰੀ ਹੁੰਦਾ ਹੈ ਛੁੱਟੀ ਨੂੰ ਲੈ ਕੇ ਕਿ ਦੋਸਤੋ ਲੋਕਲ ਛੁੱਟੀ ਹੋਵੇਗੀ ਭਾਈ ਐਤਵਾਰ ਨੂੰ ਜੀ ਛੁੱਟੀ ਹੋਵੇਗੀ ਤੇ ਸੋਮਵਾਰ ਨੂੰ ਵੀ ਛੁੱਟੀ ਹੋਵੇਗੀ ਤਾਂ ਦੋਸਤੋ ਨਾਲ ਦੀ ਨਾਲ ਦੋਸਤੋ ਇਹ ਮੈਂ ਤੁਹਾਨੂੰ ਨਿਕਾ ਜੀ ਅਲਰਟ ਕਰ ਦੂੰਗਾ ਕਿਉਂਕਿ ਤੁਹਾਨੂੰ ਦੋਸਤੋ ਪਤਾ ਕਿ ਆਪਾਂ ਆਪਣੇ ਚੈਨਲ ਦੇ ਬਿਲਕੁਲ ਹੀ ਰੀਅਲ ਅਤੇ ਵਿਧ ਪ੍ਰੂਫ ਵੀਡੀਓ ਪਾਉਣੇ ਹੁੰਦੇ ਜਿਹੜੀ ਦੋ ਦੋਸਤੋ ਸਰਕਾਰ ਦੇ ਵੱਲੋਂ ਆਫੀਸ਼ੀਅਲ ਨੋਟਿਸ ਆਇਆ ਹੁੰਦਾਗਾ ਉਸ ਨੂੰ ਲੈ ਕੇ ਦੋਸਤੋ ਤੁਹਾਨੂੰ ਆਪਾਂ ਦੋਸਤੋ ਜੀ ਜਾਣਕਾਰੀ ਦੇਣੇ ਹੁੰਦੇ ਇਨਾਂ ਨੂੰ ਸਬਸਕ੍ਰਾਈਬ ਕਰਨ ਲਈ ਵੀਡੀਓ ਲੱਗਦੇ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ